22 ਜਨਵਰੀ ਦਿਨ ਸੋਮਵਾਰ ਨੂੰ ਅਯੋਧਿਆ ਵਿਖੇ ਸ਼੍ਰੀ ਰਾਮ ਚੰਦਰ ਜੀ ਅਤੇ ਉਹਨਾਂ ਦੇ ਪਰਿਵਾਰ ਦੀ ਪ੍ਰਾਣ ਪ੍ਰਤਿਸ਼ਠਾ ਹੋਣ ਸੰਬੰਧੀ ਇੱਕ ਵੱਡਾ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਜਿੱਥੇ ਸ਼੍ਰੀ ਰਾਮ ਭਗਤਾਂ ਵੱਲੋਂ ਆਪੋ ਆਪਣੇ ਇਲਾਕਿਆਂ ਨੂੰ ਭਗਵੇਂ ਝੰਡਿਆਂ ਅਤੇ ਲਾਈਟਾਂ ਨਾਲ ਸਜਾਇਆ ਜਾ ਰਿਹਾ ਹੈ, ਉੱਥੇ ਹੀ ਫਗਵਾੜਾ ਦੀ ਮੰਡੀ ਰੋਡ ਕਲਾਥ ਮਰਚੈਂਟ ਐਸੋਸੀਏਸ਼ਨ ਵੱਲੋਂ ਵੀ ਸਮੂਹ ਦੁਕਾਨਦਾਰਾਂ ਦੇ ਸਹਿਯੋਗ ਨਾਲ ਪੂਰੇ ਬਾਜ਼ਾਰ ਨੂੰ ਝੰਡਿਆਂ ਅਤੇ ਰੰਗ ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ। ਇਸ ਮੌਕੇ ਰਕੇਸ਼ ਬਾਂਗਾ ਅਤੇ ਮੇਘਰਾਜ ਬਾਂਗਾ ਨੇ ਸਮੂਹ ਫਗਵਾੜਾ ਵਾਸੀਆਂ ਨੂੰ ਜਿੱਥੇ ਇਸ ਇਤਿਹਾਸਕ ਦਿਨ ਦੀ ਵਧਾਈ ਦਿੱਤੀ, ਉੱਥੇ ਹੀ ਉਹਨਾਂ ਕਿਹਾ ਕਿ ਸਾਨੂੰ ਸਾਰੇ ਹੀ ਦੇਸ਼ ਵਾਸੀਆਂ ਨੂੰ ਦੂਸਰੀ ਵਾਰ ਦੀਵਾਲੀ ਮਨਾਉਣ ਦਾ ਮੌਕਾ ਮਿਲਿਆ ਹੈ, ਇਸ ਲਈ ਸਮੂਹ ਫਗਵਾੜਾ ਵਾਸੀ ਇਸ ਦਿਨ ਆਪੋ ਆਪਣੇ ਘਰਾਂ ਵਿੱਚ ਦੀਪਮਾਲਾ ਕਰਨ। ਉਹਨਾਂ ਨਾਲ ਹੀ ਕਿਹਾ ਕਿ 22 ਜਨਵਰੀ ਨੂੰ ਸਨਾਤਨ ਧਰਮ ਮੰਦਿਰ ਗੁੜ ਮੰਡੀ ਰੋਡ ਫਗਵਾੜਾ ਵਿਖੇ ਵਿਸ਼ਾਲ ਭੰਡਾਰਾ ਆਯੋਜਿਤ ਕੀਤਾ ਜਾਵੇਗਾ। ਉਹਨਾਂ ਸਮੂਹ ਸ਼ਰਧਾਲੂਆਂ ਨੂੰ ਇਸ ਸਮਾਗਮ ਵਿੱਚ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਐਸੋਸੀਏਸ਼ਨ ਦੇ ਮੈਂਬਰ ਮੌਜੂਦ ਸਨ। ਜੈ ਸ਼੍ਰੀ ਰਾਮ ਜੀ। ਅਸੀਂ ਮੰਡੀ ਰੋਡ ਕਲੋਥ ਮਰਚੈਂਟ, ਜਿਹਦੇ ਵਿੱਚ ਸਾਡੇ ਵੱਖ ਵੱਖ ਸ਼ੋਪਾਂ, ਜਿਹੜੇ ਟੈਚੀ ਸ਼ੋਪ, ਜਨਰਲ ਸਟੋਰ, ਸਾਰੇ ਮੈਂਬਰਸ ਅਸੀਂ ਅੱਜ ਇਕੱਠੇ ਹੋਏ ਹਾਂ, ਔਰ ਅਸੀਂ 22 ਤਰੀਕ ਦਾ ਜਿਹੜਾ ਸ਼੍ਰੀ ਰਾਮ ਭਗਵਾਨ ਦੀ ਪ੍ਰਤਿਸ਼ਠਾ ਦਾ ਹੋ ਰਿਹਾ ਵਾ, ਉਹਦੇ ਵਿੱਚ ਅਸੀਂ ਬਾਜ਼ਾਰ ਦੇ ਵਿੱਚ ਆਪਣਾ ਸਾਰਾ ਕੰਮ ਕਰ ਰਹੇ, ਔਰ ਮੇਰੇ ਨਾਲ ਮੇਰੀ ਸਾਰੀ ਟੀਮ, ਮੇਰੇ ਸਾਰੇ ਮੈਂਬਰਸ ਮਿਲ ਜੁਲ ਕੇ ਅਸੀਂ ਬਹੁਤ ਅੱਛਾ ਪ੍ਰੋਗਰਾਮ ਬਣਾ ਰਹੇ ਹਾਂ। ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਆਪਣੇ ਬਾਜ਼ਾਰ ਨੂੰ ਅਯੋਧਿਆ ਦਾ ਰੂਪ ਦਈਏ, ਔਰ ਭਗਵਾਨ ਰਾਮ ਦਾ ਹੈ, ਅਸੀਂ ਉਹਨਾਂ ਦਾ ਆਸ਼ੀਰਵਾਦ ਲਈਏ। ਇਸ ਉਪਲਕਸ਼ ਵਿੱਚ ਅਸੀਂ ਦਵਾਈ ਦਾ ਪ੍ਰਬੰਧ ਵੀ ਕੀਤਾ ਵਾ ਬਾਜ਼ਾਰ ਦੇ ਵਿੱਚ, ਔਰ ਮੈਂ ਬਾਕੀ ਸ਼ਹਿਰ ਨਿਵਾਸੀਆਂ ਨੂੰ ਇਹੀ ਕਹਾਂਗਾ ਕਿ ਉਹ ਸਾਰੇ ਸ਼ਹਿਰਾਂ ਨੂੰ ਆਪਣੇ ਬਾਜ਼ਾਰ ਨੂੰ ਇੱਦੀ ਤਵਜ ਭਗਵਾਨ ਰਾਮ ਦੇ ਲਗਾਉਣ, ਲਾਈਟਿੰਗ ਲਗਾਉਣ ਔਰ ਦੀਪਮਾਲਾ ਕਰਨ ਰਾਤ ਨੂੰ, ਔਰ ਅਸੀਂ ਉਸ ਦਿਨ 22 ਤਰੀਕ ਨੂੰ ਸਨਾਤਨ ਧਰਮ ਮੰਦਿਰ ਲੋਹਾ ਮੰਡੀ ਰੋਡ ਗੁੜ ਮੰਡੀ ਚੌਂਕ ਦੇ ਵਿੱਚ ਦੁਪਹਿਰ ਨੂੰ 1:30 ਵਜੇ ਲੰਗਰ ਦਾ ਪ੍ਰਬੰਧ ਵੀ ਕੀਤਾ ਵਾ, ਔਰ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਉਹ ਸਾਰੇ ਜਣੇ ਉਸ ਦਿਨ ਆ ਕੇ ਪ੍ਰਸ਼ਾਦ ਲੈਣ ਔਰ ਸ਼੍ਰੀ ਭਗਵਾਨ ਰਾਮ ਦਾ ਆਸ਼ੀਰਵਾਦ ਲੈਣ। ਜੈ ਸ਼੍ਰੀ ਰਾਮ। ਮੈਂ ਮੇਘਰਾਜ ਬਾਂਗਾ, ਕਲਾਥ ਮਰਚੈਂਟ ਐਸੋਸੀਏਸ਼ਨ ਫਗਵਾੜਾ ਸਰਪ੍ਰਸਤ। ਮੈਂ ਸਾਰੇ ਸ਼ਹਿਰ ਨੂੰ ਹੱਥ ਜੋੜ ਕੇ ਆਪਣੇ ਪਰਿਵਾਰ ਵੱਲੋਂ ਬੇਨਤੀ ਕਰਦਾ ਕਿ ਇਸ ਵਕਤ ਭਗਵਾਨ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਹੋ ਰਹੀ ਹੈ। ਸਾਰੇ ਦੇਸ਼ ਵਾਸੀਆਂ ਨੂੰ ਕਿ ਪੂਰੇ ਸੰਸਾਰ ਨੂੰ ਪਤਾ ਹੈ ਕਿ ਸਾਡੇ ਪਹਿਲੀ ਵਾਰੀ ਦੀਵਾਲੀ ਜਿਹੜੀ ਆ, ਦੂਜੀ ਵਾਰੀ ਸਾਨੂੰ ਮਨਾਉਣੀ ਪੈਣੀ ਆ, ਔਰ ਅਸੀਂ ਲੋਕਾਂ ਨੂੰ ਮੈਂ ਦੇਖਿਆ ਕਿ ਇਹਦਾ ਉਤਸ਼ਾਹ ਹੈ ਕਿ ਆਪਣੇ ਆਪ ਸ਼ਹਿਰ ਨੂੰ ਸਜਾ ਰਹੇ ਆ ਔਰ ਇਹਨੂੰ ਅਯੋਧਿਆ ਬਣਾ ਰਹੇ। ਸਾਰੇ ਸ਼ਹਿਰ ਦੇ ਵਿੱਚ ਬੜੇ ਬੜੇ ਧਵਜ ਲੱਗੇ ਆ ਔਰ ਬੜੇ ਬੜੇ ਲੰਗਰ ਦਾ ਆਯੋਜਨ ਕਰਨ ਦਾ ਪ੍ਰੋਗਰਾਮ ਬਣਾਇਆ। ਮੈਂ ਵੀ ਬੇਨਤੀ ਕਰਦਾ ਕਿ ਇਹਦੇ ਉੱਪਰ ਅਮਲ ਕੀਤਾ ਜਾਵੇ ਔਰ ਇਹਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ। ਰਾਮ ਭਗਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸੀ? ਰਾਮ ਭਗਤਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿਹੜੇ ਰਾਮ ਭਗਤ ਹੈਗੇ ਹੀ ਆ, ਉਹਨਾਂ ਨੇ ਰਾਮ ਭਗਤ ਬਾਰੇ ਕੀ ਕਰਨਾ, ਮੈਂ ਨਹੀਂ ਕੁਛ ਕਹਿਣਾ, ਜੋ ਜੋ ਤੁਹਾਡੇ ਮਨ 'ਚ ਸ਼ਰਧਾ ਆ ਉਹਦੇ ਮੁਤਾਬਕ ਆਪਣੀ ਸ਼ਰਧਾ ਪ੍ਰਗਟ ਕਰੋ।